ਪਸੰਦ ਕੀ ਗੱਲ ਹੈ ਕੀ ਕਿਉਂ ਅੱਜ ਮੀਡੀਆ ਨੂੰ ਬੁਲਾਇਆ ਤੁਸੀਂ ਮੀਡੀਆ ਨੂੰ ਸਾਰਾ ਹੀ ਤਾਂ ਬੁਲਾਉਣਾ ਹੀ ਪੈਂਦਾ ਜਦੋਂ ਕੰਮ ਬੰਦਾ ਖਰਾਬ ਕਰੇ ਕੋਈ ਰਾਸ਼ਨ ਬਹੁਤ ਵਾਰੀ ਕਿਹਾ ਸੀ ਅਤੇ ਸਾਡਾ ਕੰਮ ਮਸਾਲਿਆਂ ਨੂੰ ਤਾਂ ਕਿਹਾ ਸੀ ਸਾਡਾ ਕੰਮ ਗਿਆ ਜੀ ਪਹਿਲਾਂ ਬਜ਼ੁਰਗਾਂ ਨੇ ਪੜ੍ਹ ਲਈ ਤਾਂ ਅਸੀਂ ਪੜ੍ਹਾਈ ਪੜ੍ਹਾਈ ਡਿਊਟੀ ਪਹਿਲਾਂ ਪੜ੍ਹਦੇ ਰਹੇ ਕੋਈ ਰੋਲਾ ਨਹੀਂ ਮਾੜਾ ਮੋਟਾ ਜਾਂਦਾ ਰਹੇ ਚਾਚੇ ਵੀ ਨਾਲ ਸੀ ਅਤੇ ਹੁਣ ਆ ਕੇ ਪਿੱਛੇ ਜੇ ਰੋਲਾ ਪੈ ਰਿਹਾ ਸੀਗਾ ਆਪਣੇ ਤੀਜੇ ਮਹੀਨੇ ਜੀ ਰੋਲਾ ਪਿਆ ਪਹਿਲੀ ਜਿਹਦੇ ਕੋਲ ਲਈ ਹੋਣ ਸਾਡੇ ਆਪ ਜੀ ਬੋਲ ਦੇਣਾ ਮੈਂ ਸਾਡੇ ਬਹੁਤ ਦਿੱਤਾ ਜਾਂਦਾ ਬਰੇਨ ਕੋਟ ਕੇਅਰ ਵੀ ਚੱਲਦਾ ਫਿਰ ਵੀ ਮਿਲਿਆ ਪਰ ਦਰਖਾਸਤਾਂ ਬਹੁਤ ਦਿੱਤੀਆਂ ਕਣਕ ਕੱਚੀ ਕਣਕ ਵੱਡੀ ਪਹਿਲਾਂ ਗਾਲੀ ਮੇਰੇ ਪੈ ਗਏ ਸੀ ਉਹ ਦਰਖਾਸਤਾਂ ਬਹੁਤ ਦਿੱਤੀਆਂ ਮੈਂ ਥੱਕ ਗਿਆ ਦੇ ਬਜ਼ੁਰਗ ਬੰਦਾ ਬਿਮਾਰ ਹੈ ਤੁਹਾਡੇ ਸਾਹਮਣੇ ਪਾਈਪਾਂ ਲੱਗੀਆਂ ਡੀ ਐੱਸ ਪੀ ਦੇ ਐੱਸ ਐੱਸ ਪੀ ਐੱਸ ਐੱਸ ਦੇ ਉਹ ਸਾਰਿਆਂ ਦੇ ਮੁਨਸ਼ੀ ਦੇ ਵਗੈਰਾ ਸਾਰਿਆਂ ਕੋਈ ਗੱਲ ਨਹੀਂ ਹੋਣੀ ਸਰ ਫਿਰ ਉਹਨਾਂ ਰਾਤ ਪਰ ਸੁਹਾਗਾ ਸਾਡਾ ਮਾਰਦਾ ਥੋੜ੍ਹੀ ਕਣਕ ਵੱਢੀ ਸੀ ਆਪ ਤੁਹਾਡੇ ਸਾਹਮਣੇ ਪਈ ਇਹ ਕਿਹਨਾਂ ਨੇ ਇਹ ਕੰਮ ਕੀਤਾ ਸਰ ਕਸ਼ਮੀਰ ਸਿੰਘ ਅਤੇ ਬਿੱਲੂ ਅਤੇ ਸ਼ੰਭੂ ਕੰਨਾ ਰਿਸ਼ਤੇਦਾਰੀ ਆਪਸੇ ਸਾਰੇ ਭਰਾ ਹੀ ਨੇ ਉਹ ਕਸ਼ਮੀਰ ਸਿੰਘ ਤੁਹਾਡੇ ਨਾਲ ਕੀ ਰਿਸ਼ਤੇਦਾਰੀ ਉਹਨਾਂ ਦੀ ਸਾਡੀ ਕੋਈ ਰਿਸ਼ਤੇਦਾਰੀ ਨਹੀਂ ਪਿੰਡ ਚੋਂ ਹਾਂਜੀ ਅੱਛਾ ਜੀ ਤੇ ਉਹ ਇਸ ਤਰ੍ਹਾਂ ਕਿਉਂ ਕਰ ਰਹੇ ਨੇ ਉਹ ਕਹਿੰਦਾ ਜੀ ਜੇ ਮੰਗ ਸਿੰਘ ਕੋਲ ਪੈਲੀ ਲਈ ਤਾਂ ਸਾਨੂੰ ਦੇ ਗਿਆ ਪੈਲੀ ਅੱਛਾ ਪੈਲੀ ਉਹਨਾਂ ਨੂੰ ਪਹਿਲਾਂ ਜ਼ਿਆਦਾ ਦੇ ਜਾਂਦਾ ਹੁਣ ਸਾਨੂੰ ਮਰ ਗਿਆ ਹੁਣ ਮਗਰ ਥੋੜਾ ਪੈਲੀ ਉਹਨਾਂ ਲੈਣੀ ਕਿਸੇ ਕੋਲ ਜਾ ਕੇ ਪੈਲੀ ਤਾਂ ਸਾਡੇ ਹੱਕ 'ਚ ਹੀ ਹੋਗੀ ਜਾਂ ਮੰਨ ਲਓ ਅਸੀਂ ਪਰਿਵਾਰ ਸਾਨੂੰ ਲੈ ਕੇ ਦਿੱਤਾ ਸਾਰਾ ਕੁਝ ਅੱਛਾ ਉਹਦੀ ਡੈਥ ਕਦੋਂ ਹੋਈ ਹੈ ਮੰਗਲ ਸਿੰਘ ਦੀ ਡੈਥ ਹੋ ਗਿਆ 15 ਸਾਲ ਹੋ ਗਏ ਲੱਗਦਾ ਤੁਸੀਂ 1982 ਦੀ ਇਹ ਜ਼ਮੀਨ ਵਾਹ ਬੀਜ ਰਹੇ ਹੋ ਬਾਕੀ ਜਾਣਕਾਰੀ ਲੈਣੀ ਮੇਰੇ ਚਾਚੇ ਅਰਜੀ ਕੋਲ ਲੈ ਲਓ ਪਰ ਸਾਡੇ ਪ੍ਰਾਹੁਣੇ ਆਏ ਇਹਨਾਂ ਨੂੰ ਜ਼ਿਆਦਾ ਪਤਾ ਆਪਾਂ ਦਾ ਉਮਰ ਦਾ ਘਾਟਾ ਠੀਕ ਹੈ ਜਿੰਨਾ ਵੀ ਆਪਾਂ ਨੂੰ ਪਤਾ ਉਹਨਾਂ ਦਾ ਪਤਾ ਸਾਡਾ ਦਰਖਾਸਤਾਂ ਬਹੁਤ ਦਿੱਤੀਆਂ ਕੱਲ੍ਹ ਪਰਸੋਂ ਦੇ ਗਿਆ ਬਾਈ ਵੀ ਨਾ ਤੇ ਡੀ ਐੱਸ ਪੀ ਦੇ ਤੁਸੀਂ ਕੋਈ ਗੱਲਬਾਤ ਨਹੀਂ ਸੁਣਦੇ ਅਜੇ ਤਾਂ ਥੱਕ ਗਏ ਗੇੜੇ ਮਾਰ ਮਾਰ ਰੌਲਾ ਇਸ ਤਰ੍ਹਾਂ ਸੰਨ 82 ਤੋਂ ਲੈ ਕੇ ਸਾਡੇ ਅਸੀਂ ਕਬਜ਼ਾ ਸੰਨ 82 ਤੋਂ ਲੈ ਕੇ ਜ਼ਮੀਨ ਮੁੱਲ ਹੀ ਸੀ ਅਸੀਂ ਮੰਗ ਸਕਦੇ ਨੂੰ ਉਹ ਟਾਈਮ 16,000 ਨੂੰ ਰੇਟ ਸੀ ਅਤੇ ਉਹ ਪੈਸੇ ਹੋਰ ਮੰਗਦਾ ਸੀ ਅਸੀਂ ਅਸਾਂ ਰਜਿਸਟਰੀ ਕਾਰਡ ਰਜਿਸਟਰੀ ਤੋਂ ਵੇਹਣ ਕਰਕੇ ਅਸੀਂ ਕਿਸ ਕਾਰਡ ਦਾ ਜੀਰੇ ਸਾਡੇ ਹੱਕ 'ਚ ਹੋ ਗਈ ਸਾਨੂੰ ਸਭ ਕੁਝ ਮਿਲ ਗਿਆ ਫਿਰੋਜ਼ਪੁਰ ਤੋਂ ਡੀ ਸੀ ਐੱਸ ਸੀ ਕਰ ਦਿੱਤਾ ਹਾਈਕੋਰਟ ਹਾਈਕੋਰਟ ਨੇ ਸਾਨੂੰ ਰਜਿਸਟਰੀ ਕਰ ਦਿੱਤੀ ਰਜਿਸਟਰੀ ਤੋਂ ਬਾਅਦ ਇਹ ਕੇਸ ਚੱਲਦਾ ਚੱਲਦਾ ਸੁਪਰੀਮ ਪਹੁੰਚ ਗਿਆ ਸੁਪਰੀਮ ਕੋਰਟ ਨੇ ਹੁਣ ਫਿਰ ਸਾਨੂੰ ਸਵੇਰ ਦਿੱਤਾ ਕਬਜ਼ਾ ਸਾਨੂੰ 82 ਸਾਡਾ ਹੀ ਰਿਹਾ ਹੁਣ ਤੱਕ ਅਸੀਂ ਪੀਂਦੇ ਰਹੇ ਹਾਂ ਕਸ਼ਟ ਕਰਦੇ ਰਹੇ ਹਾਂ ਐਦੀ ਉਹਨਾਂ ਨੇ ਉੱਠ ਕੇ ਨਾਲ ਹੋਰ ਉਹਨਾਂ ਨੂੰ ਲੈ ਕੇ ਅਤੇ ਜਿਹੜੀ ਉਹਨਾਂ ਪਹਿਲਾਂ ਕਣਕ ਕੱਚੀ ਵੱਢੀ ਅਤੇ ਅਸੀਂ ਦਰਖਾਸਤ ਦੀ ਥਾਣੇ ਵਾਲੇ ਨਹੀਂ ਆਏ ਫਿਰ ਦੁਬਾਰਾ ਗਏ ਤੀਸੀ ਫਿਰ ਦਰਖਾਸਤ ਦਿੱਤੀ ਫਿਰ ਵੀ ਨਾ ਆਏ ਫਿਰ ਐੱਸ ਐੱਸ ਪੀ 'ਤੇ ਮਾਰਕ ਕੀਤੀ ਫਿਰ ਡਿਪਟੀ ਸਾਹਿਬ 'ਤੇ ਆਏ ਫਿਰ ਵੀ ਨਾ ਆਏ ਫਿਰ ਤੀਸਰੀ ਫਿਰ ਅਸੀਂ ਮੁਨਸੀ ਸਾਹਿਬ ਨੂੰ ਮਿਲੇ ਕਿ ਸਾਨੂੰ ਇਹਦਾ ਨਿਆਂ ਦਿੱਤਾ ਜਾਵੇ ਇਹਦਾ ਖਰਚਾ ਦਿੱਤਾ ਜਾਵੇ ਪਰ ਇਸ ਗੱਲ ਤੋਂ ਨਾ ਕਰ ਗਏ ਮੁਲਾਜ਼ਮ ਕੋਈ ਸਾਡੇ ਇੱਥੇ ਨਹੀਂ ਪਹੁੰਚਿਆ ਸੁਹਾਗਾ ਮਾਰਨ ਤੋਂ ਬਾਅਦ ਰਾਤ ਨੂੰ ਸੁਹਾਗਾ ਟਰੈਕਟਰ ਮਹਿੰਦਰਾ ਟਰੈਕਟਰ ਉਹਨਾਂ ਕੋਲ ਮਾਰ ਕੇ ਰਾਤ ਸੁਹਾਗਾ ਅਤੇ ਉਹ ਘਰ ਚਲੇ ਗਏ ਫਿਰ ਸਾਨੂੰ ਪਤਾ ਲੱਗਾ ਸੁਹਾਗਾ ਨਾ ਮਾਰ ਦਿੱਤਾ ਪੰਜਵੇਂ ਦਿਨ ਫਿਰ ਅਸੀਂ ਦਰਖਾਸਤ ਜਿਹੜੀ ਦਿੱਤੀ ਉਹ ਸੁਹਾਗੇ ਦੀ ਉਹ ਵੀ ਨਾ ਫਿਰ ਵੀ ਨਾ ਆਏ ਪੰਜਵੇਂ ਛੇਵੇਂ ਦਿਨ ਫਿਰ ਉਹ ਅੱਗ ਲਾ ਗਏ ਇਸ ਖੜੀ ਫਸਲ ਨੂੰ ਜਾਂ ਸੁਹਾਗੇ ਮਾਰਨ ਨੂੰ ਕਣਕ ਲਾਉਣ ਤੋਂ ਬਾਅਦ ਸੁਹਾਗਾ ਮਾਰਨ ਤੋਂ ਬਾਅਦ ਇਹਨਾਂ ਜਿਹੜੀ ਅੱਗ ਲਾਈ ਫਿਰ ਅਸੀਂ ਦਰਖਾਸਤ ਦਿੱਤੀ ਫਿਰ ਵੀ ਨਹੀਂ ਮੁਲਾਜ਼ਮ ਆਏ ਇਸ ਤਰ੍ਹਾਂ ਜਿਹੜਾ ਅੱਜ ਇੱਕ ਮਹੀਨਾ ਜਿਹੜਾ ਹੈ ਚੌਥੇ ਮਹੀਨੇ ਦਰਖਾਸਤਾਂ ਗਈਆਂ ਹੋਈਆਂ ਨੇ ਮੇਰੇ ਖਿਆਲ 50-60 ਦਰਖਾਸਤ ਦਿੱਤੀ ਗਈ ਥਾਣੇ ਧਰਮ ਕੋਟ ਡਿਊਟੀ ਸਾਹਿਬ ਐੱਸ ਐੱਸ ਪੀ 'ਤੇ ਬੜੇ ਅਸੀਂ ਵੀ ਕਿਸਾਨ ਯੂਨੀਅਨ ਸੱਦੇ ਨੇ ਉਹਨਾਂ ਵੀ ਨਾਲ ਸਾਡੇ ਗਏ ਕਹਿੰਦੇ ਅਸੀਂ ਕੱਲ੍ਹ ਨੂੰ ਆਵਾਂਗੇ ਪਰਸੋਂ ਅੱਜ ਲਾਰੇ ਲਾਉਂਦੇ ਲਾਉਂਦੇ ਅੱਜ ਇੱਕ ਮਹੀਨਾ ਅਤੇ 10 ਦਿਨ ਹੋ ਗਏ ਨੇ ਇਸ ਗੱਲ ਨੂੰ ਚੱਲਦੀ ਚੱਲਦੀ ਜਹੇਦਾਰ ਸਾਹਿਬ ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਸਾਨੂੰ ਹੱਕ ਮਿਲਣਾ ਚਾਹੀਦਾ ਇਹ ਜੋ ਨੁਕਸਾਨ ਦਿੱਤਾ ਕੀਤਾ ਹੋਇਆ ਇਹਨਾਂ ਨੂੰ ਇਹਨਾਂ ਦਾ ਪਰਚਾ ਹੋਣਾ ਚਾਹੀਦਾ ਕਿਉਂ ਆਉਂਦੇ ਹੋ ਜੀ ਅਸੀਂ ਕਹਿਣਾ ਚਾਹੁੰਦੇ ਹਾਂ ਜੀ ਸਾਡਾ ਭਰਾ ਜੀ ਪਿਆ ਮੰਜੇ 'ਤੇ ਜੀ ਸਾਡੇ 'ਤੇ ਬਿਲਕੁਲ ਰਨਾਮ ਸਿੰਘ ਜੀ ਸਾਡੇ ਜੀ ਝੂਠੇ ਇਲਜ਼ਾਮ ਲਾ ਰਿਹਾ ਜੀ ਅਸੀਂ ਉਸਦੇ ਨਾੜ ਨੂੰ ਕੋਈ ਅੱਗ ਨਹੀਂ ਲਾਈ ਆਹ ਜੀ ਮੇਰੀ ਭਰਜਾਈ ਬੈਠੀ ਆ ਜੀ ਉਹ ਭਤੀਜਾ ਬੈਠਾ ਫਲੱਖੜਾ ਕੋਲ ਜੀ ਕੋਈ ਅਸੀਂ ਨਹੀਂ ਅੱਗ ਲਾਈ ਜੀ ਉਹਨਾਂ ਨੇ ਨਜਾਇਜ਼ ਸਾਡੇ ਪੈਰੀ ਭਰਾ ਦੇ ਵਿੱਚ ਮੱਲਾਂ ਦੀ ਕੋਸ਼ਿਸ਼ ਕੀਤੀ ਵਿੱਚ ਨਿਹੰਗ ਸਿੰਘ ਪਾਈ ਪਿਆ ਜੀ ਸਾਡੀ ਪੈਰੀ ਵਿੱਚ ਜੀ ਇਸ ਅਸੀਂ ਤਾਂ ਕਹਿੰਦੇ ਸਾਡੇ ਭਰਾ ਦੀ ਪੈਲੀ ਨਜਾਇਜ਼ ਨਾ ਕਬਜ਼ਾ ਕੀਤਾ ਜਾਵੇ ਸਾਡੇ ਭਰਾ ਨੂੰ ਮਿਲਣੀ ਚਾਹੀਦੀ ਪੈਰੀ ਜੀ ਅਸੀਂ ਇਹ ਜਿੱਤਿਆ ਜੀ ਹਾਈਕੋਰਟ 'ਚੋਂ ਵੀ ਅਤੇ ਸੁਪਰੀਮ ਕੋਰਟ ਵਿੱਚ ਇਹ ਜਿੱਤਿਆ ਸੀ ਜੀ ਅਸੀਂ ਇਹ ਮੰਗ ਕਰ ਰਹੇ ਹਾਂ ਜੇ ਸਾਡੇ ਕਿੱਲਾ ਕੁ ਭਰਾ ਦੀ ਪੈਲੀ ਹੈਗੀ ਮੰਨ ਲਓ ਉਹ ਕੋਈ ਵਾਪਸ ਕੀਤੀ ਜਾਵੇ ਵਿੱਚ ਵੀ ਉਹਦੇ 'ਚ ਨਿਹੰਗ ਸਿੰਘ ਬੈਠੇ ਆ ਉਹ ਉਠਾਏ ਜਾਣ ਸਾਡੇ ਭਰਾ ਨੂੰ ਪੈਲੀ ਮਿਲਣੀ ਚਾਹੀਦੀ ਸਾਡੇ ਕੋਲ ਸਾਰੇ ਸਬੂਤ ਹੈਗੇ ਆ ਜੀ ਰਜਿਸਟਰੀ ਸਾਡੇ ਭਰਾ ਨਾਲ ਹੈਗੀ ਇੰਤਕਾਲ ਵੀ ਹੈ ਜਮ੍ਹਾਂ ਬੰਦੀ ਵੀ ਸਾਡੇ ਨਾਲ ਜੀ ਉਹਨਾਂ ਕੋਲ ਸਰ ਕੋਈ ਕਾਗਜ਼ ਨਹੀਂ ਕੋਲ ਉਹਨਾਂ ਕੋਲ ਹੈਗਾ ਸਾਰੇ ਸਬੂਤ ਸਾਡੇ ਕੋਲ ਹੈਗੇ ਆ ਜੀ ਤੁਸੀਂ ਪ੍ਰਸ਼ਾਸਨ ਤੋਂ ਹੋਰ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਹਾਂ ਜੀ ਸਾਡੇ ਭਰਾ ਦੀ ਪੈਲੀ ਗੁਡਾਪਾ ਲਵੇ ਇਸ ਨੂੰ ਮਿਲਣੀ ਚਾਹੀਦੀ ਪੈਲੀ ਆ ਵੇਖੋ ਜੀ ਮੰਜੇ 'ਤੇ ਪਿਆ ਹੋਇਆ ਜੀ ਅਸੀਂ ਤਾਂ ਮੱਤ ਇਹ ਕਰਨੇ ਆ ਜੀ ਸਾਨੂੰ ਪ੍ਰਸ਼ਾਸਨ ਪੈਲੀ ਵਾਪਸ ਦਵਾਈ ਜਾਵੇ
अगे शेयर जरूर करना जी। कृपा करके साडे चैनल नु सब्सक्राइब जरूर कर लो जी। धन्यवाद।